ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਰਿਕਰੂਟਮੈਂਟ ਨੋਟੀਫਿਕੇਸ਼ਨ ਦਾ ਅਪਡੇਟ ਲੈ ਕੇ ਆਇਆ ਜੀ ਜੋ ਕਿ ਆਊਟ ਕਰ ਦਿੱਤਾ ਗਿਆ ਹੈ ਕਲਰਕਾਂ ਦੀ ਤੇ ਸਟੈਨੋ ਦੀ ਨਵੀਆਂ ਰਿਕਰੂਟਮੈਂਟ ਜਿਹੜੀਆਂ ਨੇ ਫਰੈਸ਼ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੰਪਲੀਟ ਪ੍ਰੋਸੈਸ ਦੱਸਾਂਗਾ ਅਗਰ ਤੁਸੀਂ ਫਸਟ ਏ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਬੈਲ ਆਈਕਨ ਦਬਾ ਦਿਓ ਉਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਤੁਸੀਂ ਸਮਾਂ ਰੰਦੇ ਦੇ ਲਈ ਅਪਲਾਈ ਕਰ ਪਾਉਗੇ ਬਹੁਤ ਸਾਰੀ ਇਦਾਂ ਦੀਆਂ ਵੈਕੈਂਸੀਸ ਨੇ ਜਿੰਨਾ ਬਾਰੇ ਵਿੱਚ ਵੀਡੀਓ ਬਣਾ ਕੇ ਅਸੀਂ ਚੈਨਲ ਤੇ ਅਪਲੋਡ ਨਹੀਂ ਕਰ ਪਾਨੇ ਆ ਸੋ ਉਹਦੇ ਲਈ ਤੁਸੀਂ ਸਾਡੀ ਵੈਬਸਾਈਟ ਜੋ ਕਿ www.clory.com ਹੈ Google ਵਿੱਚ ਜਾ ਕੇ ਟਾਈਪ ਕਰੋਗੇ ਪਹਿਲੇ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਮਿਲ ਜੇਗੀ ਮੰਨੂ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਉਹਦੇ ਨਾਲ ਜਿੰਨੀਆਂ ਵੀ ਜੋਬ ਅਪਡੇਟਸ ਹੋਣਗੀਆਂ ਚਾਹੀਏ ਰਿਕਰੂਟਮੈਂਟ ਦੇ ਰਿਲੇਟਿਡ ਜੋਬ ਅਪਡੇਟਸ ਹੋਣ ਚਾਹੀਏ ਉਹ ਕੋਈ ਐਡਮਿਟ ਕਾਰਡ ਜਾਂ ਕਿਸੇ ਪੇਪਰ ਐਗਜ਼ਾਮ ਦਾ ਹੋਵੇ ਜਾਂ ਗਵਰਨਮੈਂਟ ਵੱਲੋਂ ਕੋਈ ਕੀਤੀ ਗਈ ਨਵੀਂ ਅਨਾਉਂਸਮੈਂਟ ਹੋਵੇ ਹਰ ਤਰ੍ਹਾਂ ਦੇ ਨਵੇਂ-ਨਵੇਂ ਜੋਬ ਅਪਡੇਟਸ ਰਿਕਰੂਟਮੈਂਟ ਅਪਡੇਟਸ ਤੁਹਾਨੂੰ ਸਾਡੀ ਸਾਡੀ ਵੈਬਸਾਈਟ ਦੇ ਥਰੂ ਮਿਲਦੇ ਰਹਿਣਗੇ ਉੱਥੋਂ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਨਵੇਂ-ਨਵੇਂ ਜੋਬ ਅਪਡੇਟ ਲੈ ਕੇ ਆਉਂਦਾ ਹੀ ਰਹਿਣਾ ਹੈ ਤੁਸੀਂ ਕਿਸੇ ਗਵਰਨਮੈਂਟ ਜੋਬ ਦੀ ਤਿਆਰੀ ਵੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਤੋਂ ਤੁਹਾਨੂੰ ਮਿਲ ਜੇਗੀ ਤੁਸੀਂ ਉੱਥੋਂ ਚੈੱਕ ਕਰਕੇ ਡਾਊਨਲੋਡ ਕਰਕੇ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਜੀ ਸੋ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਇਹਦੇ ਵਿੱਚ ਦੋ ਅਲੱਗ-ਅਲੱਗ ਨੋਟੀਫਿਕੇਸ਼ਨ ਨੇ ਸਭ ਤੋਂ ਪਹਿਲੇ ਨੋਟੀਫਿਕੇਸ਼ਨ ਦੀ ਅਗਰ ਅਸੀਂ ਗੱਲ ਕਰਦੇ ਹਾਂ ਚੈੱਕ ਕਰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ ਉਹ ਤੁਹਾਨੂੰ ਦਿਖਾ ਦਿੰਨਾ ਪਹਿਲਾਂ ਇਸ ਟੈਨੋਗ੍ਰਾਫਰ ਦੀ ਪੋਸਟ ਆਊਟ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਦਾ ਐਪਲੀਕੇਸ਼ਨ ਤੁਸੀਂ ਕਿਦਾਂ ਅਪਲਾਈ ਕਰਨਾ ਹੈ ਉਦੇ ਲਈ ਤੁਹਾਨੂੰ ਆਫਲਾਈਨ ਜਿਹੜਾ ਜੀ ਅਪਲਾਈ ਕਰਨਾ ਹੋਏਗਾ ਇਹ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਦੇਖ ਪਾ ਰਹੇ ਹੋ ਇਹਨੂੰ ਤੁਸੀਂ ਸਭ ਤੋਂ ਪਹਿਲਾਂ ਫਿਲ ਕਰਨਾ ਹੈ ਐਪਲੀਕੇਸ਼ਨ ਫਾਰਮ ਦੇ ਵਿੱਚ ਤੁਸੀਂ ਜਿਹੜੀ ਪੋਸਟ ਲਈ ਅਪਲਾਈ ਕਰ ਰਹੇ ਹੋ ਪੋਸਟ ਲਿਖਣੀ ਹੈ ਦੈਨ ਨੇਮ ਲਿਖਣਾ ਹੈ ਜੀ ਦੈਨ ਫਾਦਰਜ਼ ਨੇਮ ਉਸ ਤੋਂ ਬਾਅਦ ਤੁਹਾਡਾ ਪਰਮਾਨੈਂਟ ਐਡਰੈਸ ਮੈਂਸ਼ਨ ਕਰੋਗੇ ਉਸ ਤੋਂ ਬਾਅਦ ਤੁਹਾਡਾ ਕੋਰਸਪੋਂਡੈਂਸ ਐਡਰੈਸ ਜੋ ਹੋਏਗਾ ਉਹ ਮੈਂਚ ਤੁਸੀਂ ਕਰ ਦੇਣਾ ਹੈ ਜੀ ਡੇਟ ਆਫ ਬਰਥ ਜੋ ਤੁਹਾਡੇ ਸਰਟੀਫਿਕੇਟਸ ਤੇ ਅਵੇਲੇਬਲ ਹੈ ਉਹੀ ਲਿਖਣੀ ਹੈ ਜੀ ਤੁਸੀਂ ਉਸ ਤੋਂ ਬਾਅਦ ਕੁਆਲੀਫਿਕੇਸ਼ਨ ਜੋ ਤੁਹਾਡੀ ਹਾਈएस्ट ਕੁਆਲੀਫਿਕੇਸ਼ਨ ਹੈ ਉਹ ਤੁਸੀਂ ਇੱਥੇ ਲਿਖੋਗੇ ਨੈਸ਼ਨਲ ਬੀ ਇੰਡੀਆ ਤੁਸੀਂ ਲਿਖ ਦੇਣਾ ਹੈ ਜੀ ਉਸ ਤੋਂ ਬਾਅਦ ਐਕਸਪੀਰੀਅੰਸ ਤੁਹਾਨੂੰ ਅਗਰ ਹੈਗਾ ਤਾਂ ਉਹ ਲਿਖ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੀ ਕੈਟਾਗਰੀ ਜਿਸ ਦਾ ਤੁਹਾਡੇ ਕੋਲ ਸਰਟੀਫਿਕੇਟ अवेलेबल ਹੈ ਉਹ ਲਿਖੋਗੇ ਉਸ ਤੋਂ ਬਾਅਦ ਜਿੰਨੇ ਲਿਸਟ ਤੁਸੀਂ ਉਹ ਲਿਖੋਗੇ ਡਾਕੂਮੈਂਟਸ ਦੀ ਜਿਹੜੀ ਤੁਸੀਂ ਅਟੈਚ ਕਰਕੇ ਨਾਲ ਭੇਜ ਰਹੇ ਹੋ ਸਪੈਸ਼ਲ ਐਬਿਟਿਊਡ ਅਗਰ ਤੁਹਾਡੇ ਕੋਲ ਕੋਈ ਇਦਾਂ ਦਾ ਸਕਿੱਲਸ ਆ ਗਏ ਨੇ ਜਾਂ ਤੁਹਾਡੇ ਕੋਲ ਕੋਈ ਇਦਾਂ ਦਾ ਨੌਲੇਜ ਹੈਗੀ ਆ ਉਹ ਤੁਸੀਂ ਨਾਲ ਇੱਥੇ ਮੈਂਸ਼ਨ ਕਰਦੇ ਨੇ ਈਮੇਲ ਐਡਰੈਸ ਇੱਥੇ ਤੁਸੀਂ ਮੈਂਸ਼ਨ ਕਰੋਗੇ ਤੇ ਟੈਲੀਫੋਨ ਨੰਬਰ ਤੁਸੀਂ ਇੱਥੇ ਜਿਹੜਾ ਜੀ ਉਹ ਮੈਂਸ਼ਨ ਕਰਨਾ ਹੋਵੇਗਾ ਇਹ ਚੀਜ਼ਾਂ ਜਿਹੜੀਆਂ ਦੋ ਨੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਈਮੇਲ ਆਈਡੀ ਤੇ ਟੈਲੀਫੋਨ ਨੰਬਰ ਇਹਦੇ ਵਿੱਚ ਦੋ ਚੀਜ਼ਾਂ ਇਸ ਕਰਕੇ ਕਿਉਂਕਿ ਫਰਦਰ ਕਮਿਊਨੀਕੇਸ਼ਨ ਮਾਈਟ ਵੀ ਤੁ ਇਸ ਦੇ ਵਿੱਚ ਲਾਸਟ ਡੇਟ ਅਪਲਾਈ ਕਰਨ ਦੀ ਜਿਹੜੀ ਹੈਗੀ ਹੈ 22/09/2021 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰਨਾ ਹੈ ਜੀ ਲਾਸਟ ਵੀ ਸਿਗਨੇਚਰ ਤੇ ਡੇਟ ਜਿਹੜੀ ਡੇਟ ਨੂੰ ਪਾ ਰਹੇ ਹੋ ਉਹ ਡੇਟ ਪਾ ਦੇਣੀ ਹੈ ਜੀ ਇਨਕੰਪਲੀਟ ਅਪਲੀਕੇਸ਼ਨ ਜਿਹੜੀਆਂ ਕਿ 5 ਤਰੀਕ ਤੋਂ ਬਾਅਦ ਮਤਲਬ ਜਿਹੜੀਆਂ 22 ਤਰੀਕ ਤੋਂ ਬਾਅਦ ਰੀਸੀਵ ਹੋਣਗੀਆਂ 5 ਵਜੇ ਤੋਂ ਬਾਅਦ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਏਗਾ ਕਿਸੇ ਵੀ ਰੀਜ਼ਨ ਦੇ ਬਿਨਾਂ ਉਸ ਤੋਂ ਬਾਅਦ ਪੋਸਟਲ ਡਿਲੇ ਜਾਂ ਰੋਂਗ ਡਿਲੀਵਰੀ ਹੁੰਦੀ ਹੈ ਤਾਂ ਉਹਦੇ ਲਈ ਵੀ ਤੁਸੀਂ ਖੁਦ ਜ਼ਿੰਮੇਵਾਰ ਹੋ ਇਹਦੇ ਲਈ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਅਸੀਂ ਕੈਂਡੀਡੇਟ ਜਿਹੜੇ ਇਨਸ਼ੋਰ ਕਰਨ ਕਿ ਉਹ ਸਾਰੇ ਐਲੀਜੀਬਿਲਿਟੀ ਕਰਾਈਟੇਰੀਆ ਨੂੰ ਫੁੱਲਫਿਲ ਕਰਦੇ ਹੋਣ ਆਫਿਸ ਜਿਹੜਾ ਰਿਜੈਕਟ ਕਰ ਦੇਗਾ ਐਪਲੀਕੇਸ਼ਨਸ ਨੂੰ ਜਿਹੜੇ ਵੀ ਬਿਨਾਂ ਐਲੀਜੀਬਿਲਿਟੀ ਨੂੰ ਮੈਟ ਨਹੀਂ ਕਰਦੇ ਹੋਣਗੇ ਤਾਂ ਜਿਹੜੇ ਸਾਰੇ ਕੈਂਡੀਡੇਟ ਨੇ ਉਹਨਾਂ ਨੂੰ ਆਪਣੇ origignal ਡਾਟਾ ਡਾਕੂਮੈਂਟ ਨੇ ਉਹ ਲੈ ਕੇ ਆਣੇ ਪੈਣਗੇ ਜਿਨ੍ਹਾਂ ਵਿੱਚ ਨਾਲੇ ਕਾਪੀ ਸਾਈਨ ਕਰਕੇ टीएडीए ਨਹੀਂ ਦਿੱਤਾ ਜਾਏਗਾ ਕਿਸੇ ਨੂੰ ਇੰਟਰਵਿਊ ਦੇ ਲਈ ਨੰਬਰ ਆਫ ਪੋਸਟਸ ਇਨਕਰੀਜ਼ ਐ ਡਿਕਰੀਜ਼ ਕੀਤੇ ਜਾ ਸਕਦੀਆਂ ਕਿਸੇ ਵੀ ਰੀਜ਼ਨ ਦੇ ਕਰਕੇ ਅਗਰ ਕਿਸੇ ਤਰ੍ਹਾਂ ਕਿਸੇ ਕਾਰਨ ਕਰਕੇ ਇੰਟਰਵਿਊ ਡਿਲੇ ਹੁੰਦੀ ਹੈ ਜਾਂ ਕੈਨਸਲ ਹੁੰਦੀ ਹੈ ਤਾਂ ਉਹ ਤੁਹਾਨੂੰ ਜਿਹੜਾ ਇਹਨਾਂ ਦੀ ਵੈਬਸਾਈਟ ਤੇ ਅਪਡੇਟ ਦਿੱਤਾ ਜਾਏਗਾ ਉਸ ਤੋਂ ਬਾਅਦ ਨੈਕਸਟ ਹੈ ਕਿ ਇਹਦੇ ਵਿੱਚ ਸਾਰੇ ਕੈਂਡੀਡੇਟ ਆਪਣੇ ਕੰਟੈਕਟ ਨੰਬਰ ਤੇ ਈਮੇਲ ਆਈਡੀ ਜ਼ਰੂਰ ਭਰਨਗੇ ਇੰਟਰਵਿਊ ਜਿਹੜੀ ਹੋਏਗੀ ਉਹ ਜਿਹੜੀ ਹੋਏਗੀ ਤੁਹਾਨੂੰ ਦੱਸ ਦਿੰਨਾ ਹੈ ਜੀ ਕੰਡਕਟ ਕੀਤੀ ਜਾਏਗੀ 10 a.m. ਅਲਫਾਬੈਟਿਕ ਵਾਈਜ਼ ਹੋਏਗੀ ਜੋ ਕਿ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ a ਤੋਂ ਲੈ ਕੇ k ਤੱਕ ਕੈਂਡੀਡੇਟ ਜਿਹੜੇ ਨੇ 27/9/2021 ਨੂੰ ਹੋਏਗੀ ਉਹਨਾਂ ਦੇ ਇੰਟਰਵਿਊ l ਤੋਂ ਲੈ ਕੇ z ਤੱਕ ਜਿਹੜੀ ਹੈ 28/9/2021 ਤੱਕ ਤੇ ਪਹੁੰਚ ਜਨਾਈ ਜੀ ਸੋ ਇਹ ਵੈਕੈਂਸੀ ਜਿਹੜੀ ਆਊਟ ਕੀਤੀ ਗਈ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਦਾਸਪੁਰ ਵੱਲੋਂ ਆਊਟ ਕੀਤੀ ਗਈ ਜਿਸ ਦੇ ਵਿੱਚ ਟੈਨੋਗ੍ਰਾਫਰ ਦੀਆਂ ਗ੍ਰੇਡ 3 ਦੀਆਂ ਐਡ ਹੌਕ ਬੀਸਿਸ ਤੇ 12 ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਤੁਹਾਡੀ ਸੈਲਰੀ ਦੀ ਅਗਰ ਅਸੀਂ ਗੱਲ ਕਰਦੇ ਆ ਉਹ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਜੋ ਕਿ ਐਸ ਪਰ ਨੋਰਮਸ ਰਹੇਗੀ ਤੁਹਾਡੀ ਇਹ ਪਹਿਲਾਂ ਤੁਹਾਡਾ 6 ਮਨ ਦਾ ਪੀਰੀਅਡ ਰਹੇਗਾ ਉਸ ਤੋਂ ਬਾਅਦ ਮਾਈਟ ਬੀ ਉਹ ਐਕਸਟੈਂਡ ਕੀਤਾ ਜਾ ਸਕਦਾ ਹੈ ਮਿਨੀਮਮ ਕੁਆਲਿਫੀਕੇਸ਼ਨ ਦੀ ਗੱਲ ਕਰੀ ਜਿਹਨਾਂ ਡਿਗਰੀ ਕੀਤੀ ਹੋਈ ਹੈ ਬੀਏ ਬੀਐਸਸੀ ਕੀਤੀ ਹੋਈ ਹੈ ਇਕੁਇਲੈਂਟ ਇਸ ਦੇ ਕਿਸ ਔਰ ਉਹਨਾਂ ਨੂੰ ਟਾਈਪਿੰਗ ਸਪੀਡ ਜਿਹੜੀ ਹੈ 80 ਵਰਡ ਪਰ ਮਿਨਟ ਇੰਗਲਿਸ਼ ਦੇ ਵਿੱਚ ਸ਼ਾਰਟ ਹੈਂਡ ਤੇ 20 ਵਰਡ ਪਰ ਮਿਨਟ ਟ੍ਰਾਂਸਕ੍ਰਿਪਸ਼ਨ ਦੇ ਵਿੱਚ ਉਹ ਅਗਰ ਹੈਗੀ ਹੈ ਤਾਂ ਉਸ ਪ੍ਰੋਫੀਸ਼ੈਂਸੀ ਹੈਗੀ ਹੈ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ 18 ਤੋਂ ਲੈ ਕੇ 37 ਇਅਰ ਤਾਂ ਮਤਲਬ 18 ਸਾਲ ਤੋਂ ਲੈ ਕੇ 37 ਇਅਰ ਤੱਕ ਦੇ ਕੈਂਡੀਡੇਟ ਜਿਹੜੇ ਹੋਣਗੇ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਜਨਰਲ ਕੈਟਾਗਰੀ ਨੂੰ ਛੱਡ ਕੇ ਬਾਕੀ ਰਿਜ਼ਰਵ ਕੈਟਾਗਰੀ ਨੂੰ ਜਿਹੜੀ ਹੈ ਜੀ ਇਸ ਦੇ ਵਿੱਚ ਈਜ਼ ਰੈਲੈਕਸੇਸ਼ਨ ਜਿਹੜੀ ਹੈ ਉਹ ਦਿੱਤੀ ਜਾਏਗੀ ਸੋ ਐਸ ਪਰ ਪੰਜਾਬ ਗਵਰਨਮੈਂਟ ਡਿਸਕ੍ਰਿਪਸ਼ਨ ਬਾਕਸ ਵਿੱਚ ਮੈਂ ਤੁਹਾਨੂੰ ਦੇ ਦਾਂਗਾ ਜੀ ਸੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਡਾਊਟ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਹੁਣ ਗੱਲ ਕਰਦੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੀ ਸੈਕੰਡ ਨੋਟੀਫਿਕੇਸ਼ਨ ਦੇ ਲਈ ਵੀ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਹ ਅਟੈਚ ਕੀਤਾ ਹੋਇਆ ਹੈ ਇਹਨਾਂ ਨੇ ਨੋਟੀਫਿਕੇਸ਼ਨ ਦੇ ਨਾਲ ਸੋ ਇਸ ਦੇ ਵਿੱਚ ਇਹਦੇ ਵਿੱਚ ਵੀ ਤੁਸੀ ਸੇਮ ਫਾਰਮ ਭਰਨਾ ਹੋਏਗਾ ਤੁਹਾਡਾ ਨਾਮ ਤੁਹਾਡਾ ਫਾਦਰ ਨੇਮ ਡੇਟ ਆਫ ਬਰਥ ਏਜ ਕੁਆਲਿਫਿਕੇਸ਼ਨ ਜਿਹੜਾ ਤੁਸੀਂ ਪ੍ਰੂਫ ਨਾਲ ਜਿਹੜਾ ਜੀ ਅਟੈਚ ਕਰੋਗੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਪੰਜਾਬੀ ਦੇ ਜਗਰ ਤੁਸੀਂ ਪਾਵਰਸ ਆਊਟ ਕੀਤਾ ਹੈ 10ਵੀਂ ਤਾਂ ਉਹ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਕੈਟਾਗਰੀ ਜਿਹਦਾ ਤੁਸੀਂ ਪ੍ਰੂਫ ਨਾਲ ਅਟੈਚ ਕਰਨਾ ਹੋਏਗਾ ਉਸ ਤੋਂ ਬਾਅਦ ਪਰਮਾਨੈਂਟ ਐਡਰੈਸ ਕੋਰਸਪੋਨਡੈਂਟ ਐਡਰੈਸ ਤੁਸੀਂ ਭਰਨਾ ਹੋਏਗਾ ਜੀ ਟੈਲੀਫੋਨ ਨੰਬਰ ਤੇ ਈਮੇਲ ਨੂੰ ਸਬਮਿਟ ਕਰ ਦੇਣਾ ਜੀ ਇਸ ਦੇ ਵਿੱਚ ਤੁਸੀਂ ਆਪਣੇ ਸਾਈਨ ਕਰਨੇ ਨੇ ਔਰ ਨਾਉਂ ਸੈਂਡ ਕਰ ਦੇਣਾ ਦਿੱਤੇ ਗਏ ਐਡਰੈਸ ਦੇ ਉੱਪਰ ਜੀ ਹੁਣ ਅਸੀਂ ਗੱਲ ਕਰਦੇ ਹਾਂ ਇਹ ਪੋਸਟਾਂ ਦੇ ਬਾਰੇ ਵਿੱਚ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪੋਸਟਾਂ ਆਊਟ ਕੀਤੀਆਂ ਗਈਆਂ ਨੇ 32 ਪੋਸਟਾਂ ਜਿਹੜੀਆਂ ਨੇ ਕਲਰਕ ਦੀਆਂ ਆਊਟ ਕੀਤੀਆਂ ਗਈਆਂ ਨੇ ਜੋ ਕਿ ਆਫਿਸ ਆਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜੱਜ ਲੁਧਿਆਣਾ ਵੱਲੋਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ 6 ਮਨთ ਦੇ ਲਈ ਜਿਹੜੀਆਂ ਨੇ ਉਹ ਪੋਸਟਾਂ ਅਪੌਇੰਟ ਅਪਾਇੰਟ ਕੀਤਾ ਜਾਏਗਾ ਜਾਂ ਫਿਰ ਜਿਹੜੇ ਰੈਗੂਲਰ ਪੋਸਟਾਂ ਜਦ ਤੱਕ ਨਹੀਂ ਆ ਜਾਂਦੇ ਤਦ ਤੱਕ ਸੋ ਇਸ ਦੇ ਲਈ ਜਿਹੜਾ ਹੋਏਗਾ ਤੁਹਾਨੂੰ ਐਕਸਪੀਰੀਅੰ ਕੰਡੀ 17 9 2021 ਹੈ ਸ਼ਾਮ 5:00 ਵੀ ਤੱਕ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਭੇਜਨੇ ਹੋਣਗੇ ਇਸ ਦੇ ਵਿੱਚ ਐਜੂਕੇਸ਼ਨ ਕੁਆਲਿਫੀਕੇਸ਼ਨ ਦੀ ਗੱਲ ਕਰਾਂ ਜਿਨ੍ਹਾਂ ਨੇ ਬੈਚਲਰ ਡਿਗਰੀ ਬੈਚਲਰ ਆਫ ਆਰਟਸ ਦੇ ਵਿੱਚ ਜਾਂ ਬੈਚਲਰ ਆਫ ਸਾਇੰਸ ਦੇ ਵਿੱਚ ਕੀਤੀ ਹੋਈ ਹੈ ਜਾਂ ਇਸ ਦੇ ਇਕੁਇਵਲੈਂਟ ਤੁਹਾਡੇ ਕੋਲ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਬੋਰਡ ਦੇ ਵਿੱਚੋਂ ਪੰਜਾਬੀ ਐਜ਼ ਅ ਸਬਜੈਕਟ ਤੁਹਾਡੇ ਕੋਲ ਹੈਗਾ میٹرਿਕ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਤੁਹਾਡੀ ਪ੍ਰੋਫੀਸ਼ੀਐਂਸੀ ਹੈਗੀ ਹੈ ਜਿਹੜੀ ਕੰਪਿਊਟਰ ਦੀ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਜੀ ਕਰ ਪਾਉਂਗੇ ਇਸ ਦੇ ਵਿੱਚ ਤੁਹਾਨੂੰ ਸੈਲਰੀ ਜਿਹੜੀ ਮਿਲੇਗੀ ਜੀ 10300 ਜਾਏਗਾ اور ਇਸ ਦੇ ਵਿੱਚ ਕੈਂਡੀਡੇਟ ਦੀ ਏਜ ਜਿਹੜੀ ਹੈ ਜੀ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਪਰਪਲਸ ਤੋਂ ਜਿਹੜੇ ਰਿਜ਼ਰਵ ਕੈਟਾਗਰੀ ਵੈ ਲਈ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਏਜ ਰੈਲੈਕਸੇਸ਼ਨ ਵੀ ਐਸ ਪਰ ਗਵਰਨਮੈਂਟ ਨੋਰਮ ਜਿਹੜੀ ਜੀ ਤੁਹਾਨੂੰ ਦਿੱਤੀ ਜਾਏਗੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ ਪੋਸਟਾਂ ਜਿਹੜੀਆਂ ਨੇ ਕੈਟਾਗਰੀ ਵਾਈਜ਼ ਜਿਹੜੀਆਂ ਆਊਟ ਕੀਤੀਆਂ ਨੇ ਉਹ ਦੱਸ ਦਿੰਨਾ ਜਨਰਲ ਦੇ ਲਈ 16 ਆਊਟ ਕੀਤੀਆਂ ਗਈਆਂ ਨੇ ਐਸਸੀ ਮਜਬੀ ਅਤੇ ਬਾਲਪ੍ਰੀਕੀ ਕੈਂਡੀਡੇਟਸ ਦੇ ਲਈ ਚਾਰ ਪੋਸਟਾਂ ਨੇ ਫਿਜ਼ੀਕਲ ਹੈਂਡੀਕੈਪਟ ਕੈਂਡੀਡੇਟਸ ਦੇ ਲਈ ਇੱਕ ਪੋਸਟ ਹੈ ਜੀ ਐਸਸੀ ਅਦਰ ਦੇ ਲਈ ਦੋ ਪੋਸਟਾਂ ਨੇ ਬੀਸੀ ਅਤੇ ਓਬੀਸੀ ਕੈਂਡੀਡੇਟਸ ਦੇ ਲਈ ਚਾਰ ਪੋਸਟਾਂ ਈਐਸਐ ਵਿਚ ਉਹਨਾਂ ਨੇ ਜਿਹੜੀ ਰਿਜ਼ਰਵੇਸ਼ਨ ਹੈ ਉਹ ਸਿਰਫ ਰਿਜ਼ਰਵ ਕੈਟਾਗਰੀ ਕੈਂਡੀਡੇਟ ਨੂੰ ਹੀ ਮਿਲੇਗੀ ਸੋ ਉਹਦੇ ਵਿੱਚ ਜਿਹੜੀਆਂ ਤੁਸੀਂ ਧਿਆਨ ਰੱਖਣਾ ਹੈ ਜੀ ਜਦੋਂ ਅਪਲਾਈ ਕਰੋਗੇ ਨੈਕਸਟ ਅਗਰ ਗੱਲ ਕਰੀ ਸਿਲੈਕਸ਼ਨ ਕਰਾਈਟੇਰੀਆ ਦੀ ਇਸ ਦੇ ਵਿੱਚ ਤੁਹਾਡਾ ਰਿਟਨ ਟੈਸਟ ਹੋਏਗਾ ਜਿਸ ਦੇ ਵਿੱਚ ਜਨਰਲ ਨੋਲੇਜ ਤੇ ਇੰਗਲਿਸ਼ ਕੰਪੋਜੀਸ਼ਨ ਹੋਏਗੀ ਇਸ ਤੋਂ ਬਾਅਦ ਸ਼ਾਰਟਲਿਸਟਡ ਕੈਂਡੀਡੇਟ ਜਿਹੜੇ ਆ ਉਹਨਾਂ ਨੂੰ ਬੁਲਾਇਆ ਜਾਏਗਾ ਜੀ ਉਹ ਇਸ ਦੇ ਵਿੱਚ 10 ਗੁਣਾ ਜ਼ਿਆਦਾ ਕੈਂਡੀਡੇਟ ਨੂੰ ਜਿਹੜਾ ਜੀ ਇੰਟਰਵਿਊ ਦੇ ਲਈ ਤੇ ਪਲੱਸ ਕੰਪਿਊਟਰ ਪ੍ਰੋਫੀਸ਼ੈਂਸੀ ਟੈਸਟ ਦੇ ਲਈ ਬੁਲਾਇਆ ਜਾਏਗਾ ਜੀ ਰਿਟਨ ਟੈਸਟ ਜਿਹੜ ਸੋ ਤਾਂ ਜਾਏਗਾ ਜਿਹੜਾ ਕਿ ਇਹਨਾਂ ਦੀ ਵੈਬਸਾਈਟ ਦੇ ਉੱਪਰ ਸੋ ਤੁਸੀਂ ਇਹਨਾਂ ਦੀ ਵੈਬਸਾਈਟ ਜਿਹੜੀ ਹੈ ਜ ਉਹ ਚੈੱਕ ਕਰਦੇ ਰਹਿਣਾ ਕੋਈ ਸੈਪਰੇਟ ਇੰਡੀਵਿਜੁਅਲ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਨਹੀਂ ਦਿੱਤੀ ਜਾਏਗੀ ਕੈਂਡੀਡੇਟ ਨੂੰ ਆਫਿਸ ਦੇ ਵੱਲੋਂ ਕਾਲ ਕਰਕੇ ਸੋ ਤੁਸੀਂ ਬਾਕੀ ਸਾਰੀ ਸ਼ਰਤਾਂ ਵੀ ਇੱਕ ਵਾਰੀ ਪੜ ਲੈਣੀ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਕਿ ਇੱਕ ਫੋਟੋ ਆਈਡੀ ਪ੍ਰੂਫ ਜਿਹੜਾ ਤੁਸੀਂ ਲੈ ਕੇ ਆਣਾ ਜਿਸ ਦਿਨ ਤੁਹਾਡਾ ਰਾਈਟ ਟੈਂਟ ਟੈਸਟ ਹੋਏਗਾ ਉਹ ਔਰ ਅਗਰ ਤੁਹਾਡਾ ਜਿਹੜਾ ਡਿਲੇ ਹੁੰਦਾ ਜੀ ਰੋਂਗ ਡਿਲੀਵਰੀ ਹੁੰਦੀ ਹੈ ਪੋਸਟਲ ਦੀ ਤਾਂ ਉਹਦੇ ਲਈ ਜਿਹੜਾ ਹੈ ਜੀ ਉਹ ਆਫਿਸ ਜਿਹੜਾ ਜ਼ਿੰਮੇਵਾਰ ਉਹ ਨਹੀਂ ਹੋਏਗਾ ਸੋ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਆਪਣੇ ਜਿਹੜੇ ਡਾਕੂਮੈਂਟਸ ਨੇ ਉਹ ਪ੍ਰੋਪਰ ਪਹੁੰਚਾਉਣੇ ਹੋਣਗੇ ਨੈਕਸਟ ਅਗਰ ਗੱਲ ਕਰੀ ਦੀ ਸੈਪਰੇਟ ਕੋਈ ٹیਏਡੀਆ ਤਾਂ ਉਹ ਨਹੀਂ ਦਿੱਤਾ ਜਾਏਗਾ ਔਰ ਇਸ ਦੇ ਵਿੱਚ ਅਗਰ ਕੈਨਸਲ ਹੁੰਦੀਆਂ ਨੇ ਜਾਂ ਪੋਸਟਪੋਨ ਹੁੰਦੀਆਂ ਨੇ ਟੈਸਟ ਜਾਂ ਪੋਸਟਾਂ ਜਿਹੜੀਆਂ ਨੇ ਉਹਦੇ ਲਈ ਵੀ ਇਨਫੋਰਮੇਸ਼ਨ ਜਿਹੜੀ ਇਹਦੀ ਵੈਬਸਾਈਟ ਤੇ ਹੈ ਉਹ ਦਿੱਤੀ ਜਾਏਗੀ ਜ਼ਰੂਰ ਇੱਕ ਵਾਰੀ ਜਾ ਕੇ ਤੁਸੀਂ ਚੈੱਕ ਕਰ ਲੈਣਾ ਜੀ ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਡੇ ਲਈ ਅਪਡੇਟ ਲੈ ਕੇ ਆਉਂਦਾ ਹੀ ਰਾਵਾਂਗਾ ਚੈਨਲ ਨੂੰ ਜਰੂਰ ਸਪੋਰਟ ਕਰਨਾ ਚੈਨਲ ਦੇ ਨਾਲ ਬਨੇ ਰਹਿਣਾ ਠੀਕ ਹੈ ਜੀ ਮਿਲਾਂਗਾ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ